sound. ਉਹਦੇ ਇਸੇ ਗੱਲ ਆਈ, ਸਾਨੂੰ ਇਨਫੋਰਮੇਸ਼ਨ ਆਈ ਸੀਗੀ ਵੀ ਰਾਮਨਗਰ ਜਿਹੜਾ ਸ਼ਰਾਬ ਦਾ ਠੇਕਾ ਉਹਦੇ ਲਾਗੇ ਮਤਲਬ ਹੈ ਕੋਈ ਸ਼ਰਾਬ ਡੰਪ ਕੀਤੀ ਹੈ ਵੀ ਉਹਦੇ ਬਾਰੇ ਵੀ ਪੈਦਾ ਕਰੋ। ਅਸੀਂ ਫਿਰ ਮੌਕੇ 'ਤੇ ਪੁਲਿਸ ਪਾਰਟੀ ਗਈ, ਪੁਲਿਸ ਪਾਰਟੀ ਜਦੋਂ ਉੱਥੋਂ ਅਸੀਂ ਰਿਕਵਰ ਹੋਈ ਹੈ ਸ਼ਰਾਬ ਅੰਗਰੇਜ਼ੀ ਸ਼ਰਾਬ, ਉਹ ਅਸੀਂ ਐਕਸਾਈਜ਼ ਡਿਪਾਰਟਮੈਂਟ ਨੂੰ ਇਨਵੋਲਵ ਕਰ ਰਹੇ ਹਾਂ ਅਤੇ ਸੰਬੰਧਿਤ ਠੇਕੇਦਾਰ ਨੂੰ ਇਨਵੋਲਵ ਕਰ ਰਹੇ ਹਾਂ ਵੀ ਇਹਦੇ ਕੀ ਇਹ ਕਹਿੰਦਾ ਪ੍ਰੋਪਰ ਕਾਨੂੰਨ ਦੇ ਦਾਇਰੇ 'ਚ ਉੱਥੇ ਜਮ੍ਹਾਂ ਹੈ ਜਾਂ ਇਹ ਕਾਨੂੰਨ ਦੇ ਦਾਇਰੇ 'ਚ ਭਰਿਆ ਗਿਆ। ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤਕਰੀਬਨ ਅਲੱਗ ਅਲੱਗ ਬ੍ਰਾਂਡ ਹੈਗੇ ਨੇ ਅਤੇ ਉਹ ਕਿੰਨੀ ਹੈ, ਕਿਹੜੇ ਕਿਹੜੇ ਬ੍ਰਾਂਡ ਦੀ, ਉਹ ਸਾਰਾ ਅਸੀਂ ਮਤਲਬ ਗਿਣਤੀ ਕਰ ਰਹੇ ਹਾਂ ਅਤੇ ਉਹ 'ਚ ਜੋ ਵੈਰੀਫਿਕੇਸ਼ਨ ਤੋਂ ਬਾਅਦ ਜੋ ਕਾਨੂੰਨ ਦੇ ਮੁਤਾਬਕ ਜਿਹੜਾ ਕਸੂਰ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜੀ। ਹਜੇ ਤਾਂ ਸਾਰਾ ਨਹੀਂ ਆਪਣੇ ਕੋਲ, ਹਜੇ ਕਾਪੀ ਨਹੀਂ ਕਹਿ ਸਕਦੇ, ਉਹ ਦੇਖ ਰਹੇ ਹਾਂ ਕਿੰਨੀ ਹੈਗੀ ਹੈ। ਇਹ ਮੈਂ ਗੱਲ ਗਰਾਊਂਡ ਫਿਗਰ ਜਦੋਂ ਠੀਕ ਨਹੀਂ ਲੱਗਦਾ, ਹਜੇ ਨਹੀਂ ਗੱਲ ਕਲੀਅਰ ਕਰ ਸਕਦੇ। ਇਹ ਹੈ ਵੀ ਇੰਗਲਿਸ਼ ਸ਼ਰਾਬ ਹੈਗੀ ਹੈ, ਮਤਲਬ ਇਹਦੇ ਲਈ ਹੀ ਸ਼ਰਾਬ ਹੈਗੀ ਹੈ, ਇਹਦੇ 'ਚ ਅਗਲੀ ਸਟੇਟ ਦੀ ਹੈਗੀ ਹੈ, ਉਹ ਜਦੋਂ ਵੀ ਬ੍ਰਾਂਡ ਨੂੰ ਪ੍ਰੋਪਰ ਚੈੱਕ ਕਰਾਂਗੇ ਸਾਰਾ ਵੈਰੀਫਾਈ ਹੋਵੇਗਾ। ਤੁਹਾਨੂੰ ਇਸ ਬਾਰੇ ਨਹੀਂ ਕਹਿ ਸਕਦਾ ਹਜੇ ਵੀ ਉਹਦੇ 'ਚ ਬ੍ਰਾਂਡ ਤੁਸੀਂ ਕਲੀਅਰ ਹੋਊਗਾ। ਆਪਾਂ ਕਹਿੰਦੇ ਲਓ ਜੀ ਇਹ ਸੰਤਰਾ ਹੈਗਾ, ਸੰਤਰੇ ਦੀ ਪੇਟੀ ਛੋਟੇ ਦਾ ਅਮਾਊਂਟ ਦੀ ਹੈ, ਇੰਗਲਿਸ਼ ਮੈਕਡਾਵਲ ਹੈਗੀ ਹੈ, ਹੋਰ ਹੈਗੀ ਅਲੱਗ ਅਲੱਗ ਹੈਗੀਆਂ ਨੇ। ਨਹੀਂ ਇਹਦੇ 'ਚ ਤਿਉਹਾਰ ਨਹੀਂ, ਮਤਲਬ ਕਹਿੰਦਾ ਉਹਦੇ 'ਚ ਇਹੀ ਦੇਖਣਾ ਮੈਨੂੰ ਬਣਦਾ ਵੀ ਇਹ ਕੀ ਇਹ ਜਿਵੇਂ ਠੇਕੇ ਦੇ ਨੇੜੇ ਹੈਗੇ ਵੀ ਠੇਕੇਦਾਰਾਂ ਨੇ ਜਿਵੇਂ ਆਮ ਰੂਟੀਨ ਦਾ ਆਪਣੇ 'ਚ ਸਟੋਕ ਹੈਗਾ ਜਾਂ ਉਹਦੇ 'ਚ ਐਕਸਾਈਜ਼ ਡਿਪਾਰਟਮੈਂਟ ਨੂੰ ਅਸੀਂ ਇਨਵੋਲਵ ਕਰਨਾ ਬਣਦਾ, ਅਸੀਂ ਉਹਨੂੰ ਕਰਾਂਗੇ। ਨਹੀਂ ਹਜੇ ਕਲੀਅਰ ਨਹੀਂ ਹੋਇਆ, ਹਜੇ ਉਹ ਕਲੀਅਰ ਕਰਨ ਤੋਂ ਬਾਅਦ ਹੀ ਫਿਰ ਅਸੀਂ ਅੱਗੇ ਐਕਸ਼ਨ ਜੋ ਹੈ ਅਸੀਂ ਲਵਾਂਗੇ। ਮੌਕੇ 'ਤੇ ਦੇਖਿਆ ਜੀ ਵੀ ਮੌਕੇ 'ਤੇ ਰੇਡ ਪਈ ਹੈ, ਪੁਲਿਸ ਦੀ ਰੇਡ ਪਈ ਸੀ, ਇੱਕ ਗੋਦਾਮ ਦੇ ਵਿੱਚ ਦਾਰੂ ਦੀਆਂ ਪੇਟੀਆਂ ਸੀ ਜਿਹੜੀ ਕਿ ਹਰਿਆਣੇ ਦੀ ਦਾਰੂ ਹੈ। ਪੁਲਿਸ ਦੱਸ ਰਹੀ ਹੈ ਹਰਿਆਣੇ ਦੀ ਦਾਰੂ ਸੀ, 2 ਨੰਬਰ ਦੀ ਦਾਰੂ ਸੀਗੀ, ਇੱਕ ਕੁਆਂਟਿਟੀ 170-172 ਪੇਟੀਆਂ ਉੱਥੇ ਮੌਕੇ 'ਤੇ ਹੀ ਗਿਣੀਆਂ, ਸਾਰਿਆਂ ਨੇ ਗਿਣੀਆਂ, ਮੇਰੀ ਵੀਡੀਓ ਵੀ ਬਣੀ ਹੈ ਅਤੇ ਉੱਥੇ ਪੇਟੀਆਂ ਗੋਦਾਮ 'ਚ ਜਿਵੇਂ। ਉਸ ਤੋਂ ਬਾਅਦ ਪੁਲਿਸ ਨੇ ਆਪਣੇ ਹੀ ਮਤਲਬ ਗੱਡੀਆਂ 'ਤੇ ਕੀਤੀਆਂ, ਉਹਦੇ 'ਚ ਵੀ ਇਹਨਾਂ ਨੇ ਪੇਟੀਆਂ ਰੱਖੀਆਂ ਵੀ ਉਦੋਂ ਵੀ ਸਾਰਿਆਂ ਨੇ ਵੀਡੀਓ ਬਣਾਈ, ਸਾਰਾ ਉੱਥੇ ਏਰੀਆ ਸੀਗਾ ਮੌਕੇ 'ਤੇ। 2 ਨੰਬਰ ਦੀ ਦਾਰੂ ਮਤਲਬ ਪੁਲਿਸ ਵੀ ਦੱਸ ਰਹੀ ਹੈ, ਸਾਰਾ ਠੇਕੇ ਵਾਲੇ ਵੀ ਦੱਸ ਰਹੇ ਹੈ, ਜਦ ਕਿ ਦਾਰੂ ਵੀ ਠੇਕੇ ਵਾਲੇ ਦੀ ਸੀ। 1.5 ਘੰਟੇ ਤੋਂ ਪਹਿਲਾਂ ਗੱਡੀ ਆਈ ਹੈ, ਕੋਈ 18 ਕਟਾਰੀ ਗੱਡੀ ਆਈ ਸੀ, ਫਟਾਫਟ ਹੀ ਉਤਾਰ ਕੇ ਅਤੇ ਚਲੇ ਗਏ ਸੀ। ਉਸ ਤੋਂ ਬਾਅਦ ਇਹ 1.5 ਘੰਟੇ ਬਾਅਦ ਹੀ ਰੇਡ ਪੈ ਗਿਆ ਵੀ। ਪਹਿਲਾਂ ਤਾਂ ਨਹੀਂ ਅਸੀਂ ਆਪਾਂ ਐਵੇਂ, ਕਿਉਂਕਿ ਅਸੀਂ ਨਹੀਂ ਦੇਖੀਆਂ, ਗੱਡੀਆਂ ਆਉਂਦੀਆਂ ਦਾਰੂ ਉਤਾਰਦੀਆਂ, ਪਰ ਐਡੀ ਵੱਡੀ ਗੱਡੀਆਂ ਨਹੀਂ ਆਉਂਦੀਆਂ ਸੀ, ਨੋਰਮਲ ਗੱਡੀਆਂ ਆਉਂਦੀਆਂ ਸੀ। ਮਤਲਬ ਅਸੀਂ ਚੀਜ਼ ਤੋਂ ਖੁਦ ਹੈਰਾਨਾ ਵੀ ਹੈ, ਐਡੀਆਂ ਨਜਾਇਜ਼ ਦਾਰੂ, 2 ਨੰਬਰ ਦੀਆਂ ਪੇਟੀਆਂ, ਹਲਕਾ ਪੂਰਬੀ ਵਾਰਡ ਨੰਬਰ 14 'ਚ, ਮਤਲਬ ਜੀ ਹੈਰਾਨ ਆ। ਟਿੱਬਾ ਰੋਡ ਦੇ ਉੱਤੇ ਇਹ ਦਾਰੂ ਤਾਂ ਵੈਸੇ ਦੇਖਿਆ ਜਾਵੇ ਉੱਥੇ ਜੀ ਗਲੀ ਗਲੀਆਂ 'ਚ ਵਿਕਦੀ ਵੀ ਹੈ, 2 ਨੰਬਰ ਦੀ ਦਾਰੂ ਨਾ ਗਲੀਆਂ ਗਲੀਆਂ 'ਚ ਵਿਕਦੀ ਆ। ਉਹ ਅਸੀਂ ਵੀ ਕਈ ਵਾਰੀ ਕੰਪਲੇਂਟ ਕਰ ਚੁੱਕੇ ਹਾਂ, ਪਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਮਤਲਬ ਜੇ ਕਾਰਵਾਈ ਹੁੰਦੀ ਹੈ, ਇਹਦੇ ਕੋਲ ਮੌਕੇ 'ਤੇ ਪੇਟੀਆਂ ਜ਼ਿਆਦਾ ਫੜੀ ਵੀ ਜਾਂਦੀਆਂ, ਜਦੋਂ ਪਰਚਾ ਹੁੰਦਾ ਪਰਚੇ 'ਚ ਪੇਟੀਆਂ 10 ਹੁੰਦੀਆਂ, ਫੜਦੇ ਮੌਕੇ 'ਤੇ 70-80 60-50 ਹੈ, ਪਰਚਿਆਂ ਦੇ ਵਿੱਚ ਬਾਅਦ 'ਚ ਪਤਾ ਲੱਗਾ 10 ਪੇਟੀਆਂ 7 ਪੇਟੀਆਂ, ਇੱਦਾਂ ਦੀ ਕੀਮਤ ਤਾਂ ਕਾਫੀ ਹੈ ਜੀ। ਬੋਡਕਾ ਨਾਂ ਦੀ ਇੱਕ ਦੱਸਦੇ ਹੀ ਪਏ ਸੀ ਵੀ ਇੱਕ ਆ ਬੋਡਕਾ, ਅਸੀਂ ਤਾਂ ਕਦੇ ਜ਼ਿੰਦਗੀ 'ਚ ਕਦੇ ਪੀਤੀ ਨਹੀਂ, ਨਾ ਹੀ ਸਾਨੂੰ ਪਤਾ, ਪਰ ਉਹੀ ਦੱਸਦੇ ਵੀ ਇਹ ਮਹਿੰਗੀ ਦਾਰੂ, ਇੱਕ ਰੈਡਾ ਕੋਈ ਹੈ ਮਹਿੰਗੀ ਦਾਰੂ ਹੈ, ਇੱਕ ਬੋਡਕਾ ਨਾਂ ਦੀ ਕੋਈ ਦਾਰੂ ਆ, ਇਹ ਮਹਿੰਗੀਆਂ ਦਾਰੂਆਂ। ਤਿਉਹਾਰਾਂ ਕਰਕੇ ਨਾ ਵੀ ਉੱਥੇ ਬੰਦੇ ਇਹੀ ਗੱਲ ਕਰੇ ਵੀ ਇਹ ਤਿਉਹਾਰ ਆ ਰਹੇ ਆ, ਉਹਨਾਂ ਦੇ ਕਰਕੇ 2 ਨੰਬਰ ਦੀ ਦਾਰੂ ਹਰਿਆਣੇ ਦੀ ਮੰਗਾਈ ਗਈ ਹੈ।